ਹਾਂਜੀ ਉਹ ਹੋਊਗਾ ਉਹ ਗਿੱਪੀ ਬਾਈ ਪਿੱਛੇ ਜੇ ਫਿਰਦੇ ਸੀ ਕਰਨਾ ਵੀ ਆਪਾਂ ਇੱਕ ਪਲਾਨ ਕਰਦੇ ਆ ਵੀ ਜਿਹਦੇ ਚ ਸਾਰੇ ਜਾਣੇ ਜਾਣੇ ਉਹ ਹੈਗਾ ਹਾਂ ਉਹ ਕੋਈ ਅੰਗਰੇਜ਼ੀ ਫਿਲਮ ਵੀ ਹੈਗੀ ਅਵੈਂਜਰ ਕੇ ਕਿਹੜੀ ਜਿਵੇਂ ਉਹਦੇ ਚ ਕੀਤੇ ਕਰਦੇ ਅੱਡੋ ਅੱਡ ਉਹ ਹੋਊਗਾ ਉਹ ਉਸਤਾਦ ਦੇ ਆਈ ਹੋਈ ਦਿਮਾਗ ਚ ਕਰ ਲੈਣੀ ਉਹਨਾਂ ਨੇ ਲੋਕੇਸ਼ਨ ਅਸੀਂ 7 ਸਟੇਟਾਂ ਚ ਸ਼ੂਟ ਕੀਤੀ ਨੇਪਾਲ ਬਾਰਡਰ ਨੇਪਾਲ ਵਾਲੇ ਪਾਸੇ ਇੱਧਰ ਜੰਗਲ ਉੱਧਰ ਜੰਗਲ ਬਹੁਤ ਸ਼ਾਰਦਾ ਨਦੀ ਤੇ ਦਿਨ ਸਾਨੂੰ 40-45 ਲੱਗ ਗਏ ਹਾਂ 46 ਕੁ ਦਿਨ ਲੱਗੇ ਕਿਉਂਕਿ ਤਾਮ ਜਾਮ ਬਹੁਤ ਸੀ ਪਰ ਝਾਕਾ ਨਹੀਂ ਪਿੱਛੇ ਮੁੜ ਕੇ ਗਏ ਮੈਂ ਤੇ ਮਨੀਸ਼ ਜੀ ਅੱਗੇ ਲੱਗੇ ਸੀਗੇ ਚਲੋ ਵੀ ਚਲੋ ਇਹ ਤਾਂ ਜਿੱਦੇ ਵਾਪਸ ਆਈ ਜਾਂਦੇ ਸੀ ਉਦੇ ਇਕਬਾਲ ਨੇ ਕਿਹਾ ਭਾਜੀ ਆਪਾਂ 7 ਸਟੇਟਾਂ 'ਚ ਮੈਨੂੰ ਵੀ ਉਦੋਂ ਪਤਾ ਲੱਗਾ ਕਹਿੰਦੇ ਆਪਾਂ 7 ਸਟੇਟਾਂ 'ਚ ਕਰ ਲਈ ਸ਼ੂਟ ਉਹ ਤੁਹਾਨੂੰ ਫਿਲਮ ਦੇਖਦੇ ਸਤਿ ਸ਼੍ਰੀ ਅਕਾਲ ਜੀ ਸਰ ਭਾਵੇਂ ਚੇਤਾ ਸਿੰਘ ਦੀ ਗੱਲ ਕਰੀਏ ਭਾਵੇਂ ਪੰਮਾ ਦੀ ਗੱਲ ਕਰੀਏ ਹਰ ਇੱਕ ਕਿਰਦਾਰ ਅਲੱਗ ਅਲੱਗ ਹੁੰਦੇ ਆ ਤੁਹਾਡੇ ਅਤੇ ਇਹ ਚੀਜ਼ ਤੁਹਾਡੇ ਹਿੱਸੇ ਆਈ ਹੈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਦੇਖੋ ਮੈਂ ਸ਼ੁਕਰ ਗੁਜ਼ਾਰ ਕਰਦਾ ਵਾਹਿਗੁਰੂ ਦਾ ਔਰ ਦਰਸ਼ਕਾਂ ਦਾ ਜਿਹੜੇ ਮੈਨੂੰ ਪਸੰਦ ਕਰ ਲੈਂਦੇ ਆ ਔਰ ਮੇਰੇ ਤੋਂ ਉਮੀਦ ਰੱਖਦੇ ਫਿਰ ਮੈਂ ਹੋਰ ਮਿਹਨਤ ਕਰਦਾ ਵੀ ਮੈਂ ਉਹਨਾਂ ਨੂੰ ਹੋਰ ਪਸੰਦ ਆਵੇ ਕੁਛ ਮੈਂ ਅੱਡ ਲੈ ਕੇ ਆਵਾਂ ਕੁਛ ਮੈਂ ਅਲੱਗ ਕਰਾਂ ਅਤੇ ਲੱਗਦਾ ਤਾਂ ਚੰਗਾ ਹੀ ਹੈ ਘੈਂਟ ਲੱਗਦਾ ਟ੍ਰੇਲਰ ਦੀ ਗੱਲ ਕਰਾਂ ਤਾਂ ਟ੍ਰੇਲਰ ਦਾ ਸਭ ਤੋਂ ਖਾਸ ਚੀਜ਼ ਹੁੰਦੀ ਹੈ ਕਿ ਬੈਕਗ੍ਰਾਉਂਡ ਮਿਊਜ਼ਿਕ ਉਹ ਬਹੁਤ ਸੋਹਣਾ ਲੱਗ ਰਿਹਾ ਉਸ ਬਾਰੇ ਕੀ ਲਵ ਪ੍ਰਾਣ ਮਹਿਤਾ ਜੀ ਨੇ ਕੀਤਾ ਇਹਦਾ ਬੈਕਗ੍ਰਾਉਂਡ ਔਰ ਚੇਤਾ ਸਿੰਘ ਦਾ ਵੀ ਉਹਨਾਂ ਨੇ ਕੀਤਾ ਸੀ ਬਹੁਤ ਘੈਂਟ ਕੀਤਾ ਪਲਸਤਰ ਦਾ ਵੀ ਸਾਡੀ ਦਾ ਉਹਨਾਂ ਨੇ ਕੀਤਾ ਜਿਹੜੀ ਚਪਾਲ 'ਤੇ ਹੈ ਵੈਬ ਸੀਰੀਜ਼ ਹਾਂ ਲੋਕੇਸ਼ਨ ਬਾਰੇ ਵੀ ਜਾਣਨਾ ਚਾਹਾਂਗੇ ਲੋਕੇਸ਼ਨ ਅਸੀਂ 7 ਸਟੇਟਾਂ 'ਚ ਸ਼ੂਟ ਕੀਤਾ ਨੇਪਾਲ ਬਾਰਡਰ ਨੇਪਾਲ ਵਾਲੇ ਪਾਸੇ ਇੱਧਰ ਜੰਗਲ ਉੱਧਰ ਜੰਗਲ ਬਹੁਤ ਸ਼ਾਰਦਾ ਨਦੀ 'ਤੇ ਹਿਮਾਚਲ 'ਚ ਉਹ ਇੱਕ ਜੰਗਲ 'ਚ ਘਰ ਦਿਖਾਉਣਾ ਸੀਗਾ ਹੈ ਨਾ ਵੀ ਯੂਪੀ ਮੱਧ ਪ੍ਰਦੇਸ਼ 7 ਰਾਜਸਥਾਨ ਪੰਜਾਬ 7 ਸਟੇਟਾਂ 'ਚ ਸ਼ੂਟ ਵੀ ਕਹਾਣੀ ਦੀ ਗੱਲ ਕਰਨਾ ਚਾਹੂੰਗੀ ਮਾਇੰਡ 'ਚ ਕਿੱਦਾਂ ਹੈ ਕਿ ਇਸ ਤਰ੍ਹਾਂ ਦੀ ਕਹਾਣੀ ਵੀ ਇੱਕ ਸਿਨੇਮਾ ਘਰਾਂ ਦੇ ਵਿੱਚ ਆਉਣੀ ਚਾਹੀਦੀ ਅਸਲ 'ਚ ਨਾ ਇਹ ਕਰੋਨਾ ਟਾਈਮ ਆਈ ਮੇਰੇ ਦੋਸਤ ਹੈ ਡਾਇਰੈਕਟਰ ਰਕੇਸ਼ ਮਹਿਤਾ ਜਿਨ੍ਹਾਂ ਨੇ ਇੱਕ ਸੰਧੂ ਹੁੰਦਾ ਕੀਤੀ ਸੀ ਉਹਨਾਂ ਨਾਲ ਗੱਲ ਚੱਲਦੀ ਸੀ ਅਤੇ ਹੁਣ ਕਰੋਨਾ ਟਾਈਮ ਫੇ ਵਿਹਲੇ ਸੀਗੇ ਇੱਕ ਵੈਬ ਸੀਰੀਜ਼ ਲਿਖੀ ਉਹਨਾਂ ਲਈ ਮੈਂ ਅਤੇ ਐਂ ਚੱਲਦੇ ਚੱਲਦੇ ਇੱਕ ਦਿਨ ਬੈਠਾ ਅਤੇ ਦਿਮਾਗ 'ਚ ਆ ਗਈ ਮੇਰੇ ਗੱਲ ਫੁਰ ਗਈ ਚੱਲੀ ਗਈ ਅਤੇ ਇਹ ਕਾਫੀ ਸਮੇਂ ਤੋਂ ਇੱਕ ਲਾਈਨ ਜੀ ਫਿਰਦੀ ਸੀ ਮੇਰੇ ਦਿਮਾਗ 'ਚ ਮੈਂ ਮਨੀਸ਼ ਜੀ ਨੂੰ ਫੋਨ ਲਾ ਲਿਆ ਮੈਂ ਕਿਹਾ ਸਰ ਐਂ ਕਰਕੇ ਕਹਿੰਦੇ ਪ੍ਰਿੰਸ ਭਾਈ ਅੱਛੀ ਹੈ ਕਰੇਂਗੇ ਉਹ ਮੌਕਾ ਨਹੀਂ ਬਣਿਆ ਸਾਡਾ ਫਿਰ ਜਗਵੀਰ ਬਲ ਮੇਰਾ ਦੋਸਤ ਹੈ ਉਹ ਤਕਰੀਬਨ ਪ੍ਰੋਡਕਸ਼ਨ ਕਰਦਾ ਹੁੰਦਾ ਅਤੇ ਉਹ ਘਰ ਸੀ ਯੂਪੀ ਮੈਂ ਉਹਨੂੰ ਕਹਿ ਮੈਂ ਇੱਧਰ ਕਰਨਾ ਚਾਹੁੰਦਾ ਉਹਨੇ ਜਾ ਕੇ ਫਿਰ ਮੋਟਰਸਾਈਕਲ 'ਤੇ ਲੋਕੇਸ਼ਨਾਂ ਦੀਆਂ ਭੇਜੀਆਂ ਔਰ ਵਾਹਿਗੁਰੂ ਦੀ ਮਿਹਰ ਜਿਹੜੀਆਂ ਉਹ ਕਰੋਨਾ ਟਾਈਮ ਜਿਹੜੀਆਂ ਚੀਜ਼ਾਂ ਜੋ ਸੋਚੀਆਂ ਸੀ ਜਿੱਥੇ ਸੋਚੀਆਂ ਸੀ ਉੱਥੇ ਹੀ ਹੋਈਆਂ ਔਰ ਉਹੀ ਸਾਰੇ ਨਾਲ ਸੀਗੇ ਕੋਈ ਬੰਦਾ ਨਹੀਂ ਸੀ ਵੀ ਉਹਦੇ 'ਚੋਂ ਮਿਸ ਆ ਨਾ ਜਿਹਨੂੰ ਵੀ ਮੈਂ ਲਾਈਨ ਸੁਣਾਈ ਹੋਈ ਸੀ ਜਿਹਨੂੰ ਮੈਂ ਕਹਿੰਦਾ ਸੀ ਤੈਨੂੰ ਰੋਲ ਕਰਾਉਣਾ ਉਹ ਸਾਰੇ ਲਿਆਂਦੇ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਕਿੱਥੇ ਤਾਂ ਮੇਰੇ ਇਕੱਲੇ ਦੀ ਕਿਸਮਤ ਅਤੇ ਕਰਮ ਕਿੱਥੇ ਇੰਨੇ ਜਣੇ ਜੁੜ ਜਾਂਦੇ ਸਾਰਿਆਂ ਦੇ ਜਦੋਂ ਕਰਮ ਜੁੜਦੇ ਹੋ ਕਰਦੇ ਆ ਤਾਂ ਇੱਕ ਤੁਸੀਂ ਮਿਹਨਤ ਕਰਦੇ ਆ ਇਮਾਨਦਾਰੀ ਨਾਲ ਤਾਂ ਤੁਹਾਡੀ ਚੀਜ਼ ਬਣ ਜਾਂਦੀ ਉਹ 2-3 ਸਾਲ ਲੱਗੇ ਪਰ ਚੱਲਦੇ 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 ਅੱਜ ਆਪਣੇ ਕੋਲ ਹੁਣ ਤੁਸੀਂ ਟ੍ਰੇਲਰ ਦੇਖਿਆ ਕਿੰਨੇ ਦਿਨਾਂ ਦੇ ਵਿੱਚ ਫਿਲਮ ਦਾ ਸ਼ੂਟ ਖਤਮ ਹੋ ਗਿਆ ਸੀ ਦੇਖੋ ਅੱਛਾ ਇਹ ਬੜੇ ਸਪਸ਼ਟੀਕੇਟਡ ਸਵਾਲ ਹੈ ਕਿੰਨਾ ਬਜਟ ਕਿੰਨਾ ਉਹ ਬਜਟ ਨਹੀਂ ਨਹੀਂ ਵੈਸੇ ਹੀ ਬਜਟ ਵੀ ਤਾਂ ਪੁੱਛ ਲਓਗੇ ਕੋਈ ਗੱਲ ਨਹੀਂ ਪਰ ਦਿਨ ਸਾਨੂੰ 40-45 ਲੱਗ ਗਏ ਹਾਂ 46 ਕੁ ਦਿਨ ਲੱਗੇ ਮੈਨੂੰ ਲੱਗਦਾ ਕਿਉਂਕਿ ਤਾਮ ਜਾਮ ਬਹੁਤ ਸੀ ਪਰ ਝਾਕਾ ਨਹੀਂ ਦਿੱਤਾ ਪਿੱਛੇ ਮੁੜ ਕੇ ਕਿਸੇ ਨੂੰ ਮੈਂ ਤੇ ਮਨੀਸ਼ ਜੀ ਅੱਗੇ ਲੱਗੇ ਸੀਗੇ ਚਲੋ ਵੀ ਚਲੋ ਇਹ ਤਾਂ ਜਿੱਦੇ ਵਾਪਸ ਆਈ ਜਾਂਦੇ ਸੀ ਉਦੇ ਇਕਬਾਲ ਨੇ ਕਿਹਾ ਭਾਜੀ ਆਪਾਂ 7 ਸਟੇਟਾਂ 'ਚ ਮੈਨੂੰ ਵੀ ਉਦੋਂ ਹੀ ਪਤਾ ਲੱਗਾ ਕਹਿੰਦੇ ਆਪਾਂ 7 ਸਟੇਟਾਂ 'ਚ ਕਰ ਲਈ ਸ਼ੂਟ ਉਹ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਜੀ ਇੱਕ ਸਵਾਲ ਮੇਰਾ ਹੋਰ ਹੈ ਸਾਡੀਆਂ ਪੰਜਾਬੀ ਫਿਲਮਾਂ ਬਹੁਤ ਵਰਕ ਕਰ ਰਹੀਆਂ ਨੇ 100 ਕਰੋੜ ਦੇ ਕਲੱਬ 'ਚ ਵੀ ਚਲੇ ਗਈਆਂ ਨੇ ਪਰ ਇੱਕ ਯੂਨੀਵਰਸ ਹੀ ਕ੍ਰੀਏਟ ਨਹੀਂ ਕੀਤਾ ਆਪਾਂ ਉਹ ਜਿੱਦਾਂ ਸਿੰਘਮ ਦੇ ਵਿੱਚ ਹੋਰ ਫਿਲਮਾਂ ਦੇ ਐਕਟਰ ਐਡ ਹੁੰਦੇ ਨੇ ਉਵੇਂ ਹਾਂਜੀ ਉਹ ਹੋਊਗਾ ਉਹ ਗਿੱਪੀ ਬਾਈ ਪਿੱਛੇ ਜੇ ਫਿਰਦੇ ਸੀ ਕਰ ਵੀ ਆਪਾਂ ਇੱਕ ਪਲਾਨ ਕਰਦੇ ਹਾਂ ਵੀ ਜਿਹਦੇ 'ਚ ਸਾਰੇ ਜਣੇ ਹਾਂਜੀ ਉਹ ਹੈਗਾ ਹਾਂ ਉਹ ਕੋਈ ਅੰਗਰੇਜ਼ੀ ਫਿਲਮ ਵੀ ਹੈਗੀ
अवेंजर केड़ी जिवें उहदे च कीते कट्टी अड्डो अड्ड वो होगा वो उस्ताद दे आई हुई दिमाग च कर लेने उन्होंने मतलब सानू मिलूगा थैंक यू सर ओके जी।